ਸੋ ਹੋਪ ਕਰਦਾ ਗਾਈਸ ਤੁਸੀਂ ਸਾਰੇ ਬਹੁਤ ਵਧੀਆ ਹੋਗੇ। ਸੋ ਅੱਜ ਆਪਾਂ ਬਾਬਾ ਸ਼੍ਰੀ ਚੰਦ ਜੀ ਦੇ ਗੁਰਦੁਆਰੇ ਆਏ ਹੋਏ ਹਾਂ, ਗੁਰਦੁਆਰਾ ਸਾਹਿਬ। ਸੋ ਅੱਜ ਬਾਬਾ ਜੀ ਦਾ 528ਵਾਂ ਜਨਮ ਦਿਵਸ ਹੈਗਾ ਆ, ਅਤੇ ਵਲੋਗ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਸਾਰਾ ਆਪਾਂ ਵਿਖਾਵਾਂਗੇ, ਦਰਸ਼ਨ ਕਰਾਵਾਂਗੇ, ਅਤੇ ਕਾਫੀ ਸਜਾਵਟ ਵੀ ਕੀਤੀ ਗਈ ਹੈ, ਅਤੇ ਤੁਹਾਨੂੰ ਵਲੋਗ ਵਿੱਚ ਕਾਫੀ ਕੁਛ ਵੇਖਣ ਨੂੰ ਮਿਲੇਗਾ। ਸੋ ਦੋਸਤੋ ਅਸੀਂ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਵੱਲ। ਬਾਬਾ ਜੀ ਦਾ ਇਹ ਗੁਰਦੁਆਰਾ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਵੇਰਕਾ ਬਾਈਪਾਸ ਮਜੀਠਾ ਰੋਡ ਵਿਖੇ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਦੀ ਇਹ ਵੀ ਖਾਸੀਅਤ ਹੈਗੀ ਹੈ ਕਿ ਇੱਥੇ ਸੰਗਤਾਂ ਬਹੁਤ ਸ਼ਰਧਾ ਭਾਵ ਨਾਲ ਸੇਵਾ ਵੀ ਕਰਦੀ ਹੈ। ਸੋ ਚਲੀਏ ਦੋਸਤੋ ਹੁਣ ਆਪਾਂ ਅੱਗੇ ਚੱਲਦੇ। ਇਹ ਬਾਬਾ ਜੀ ਦਾ ਧੂਣਾ ਹੈ। ਇਹ ਰਹੀ ਬਾਬਾ ਜੀ ਦੀ ਅਖੰਡ ਜੋਤ। ਹਾਂਜੀ ਨਹੀਂ ਨਹੀਂ ਯੂਟਿਊਬ 'ਤੇ ਚੈਨਲ ਹੈ ਆਪਣਾ ਇੰਡੀਪੈਂਡੈਂਟ, ਅਭਿਨਵ ਸ਼ਿਬਾ, ਸ਼ਿਬਾ CHH। ਤਪ ਸਥਾਨ ਬਾਬਾ ਸ਼੍ਰੀ ਚੰਦ ਜੀ। ਬਾਬਾ ਸ਼੍ਰੀ ਚੰਦ ਜੀ ਦਾ ਕ੍ਰਿਸ਼ਮਾ ਜੋ ਦਾਤਣ ਕਰਨ ਉਪਰੰਤ ਦਾਤਣ ਧਰਤੀ ਵਿੱਚ ਗੜ ਦਿੱਤੀ, ਜਿਹੜੀ ਇੱਕ ਟਾਲੀ ਦਾ ਰੂਪ ਧਾਰਨ ਕਰ ਗਈ, ਜੋ ਅੱਜ ਵੀ ਗੁਰੂ ਘਰ ਵਿੱਚ ਸੁਸ਼ੋਭਿਤ ਹੈ। ਦਰਸ਼ਨ ਸ਼੍ਰੀ ਨਿਸ਼ਾਨ ਸਾਹਿਬ। ਇਹ ਰਿਹਾ ਉਹ ਖੂਹ ਜਿਸ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੋਂ ਦੀ ਸੰਗਤਾਂ ਤੋਂ ਖੁਸ਼ ਹੋ ਕੇ ਪੁਟਵਾਇਆ ਸੀ। ਇਸ ਖੂਹ ਦੇ ਜਲ ਤੋਂ ਇਸ਼ਨਾਨ ਕਰਕੇ ਅਟਰਾਹੇ ਅਤੇ ਸੋਕੜੇ ਦਾ ਰੋਗ ਦੂਰ ਹੋ ਜਾਂਦਾ ਹੈ। ਸੰਗਤਾਂ ਇਸ 8 ਨੁਕਰਾਂ ਵਾਲੇ ਖੂਹ ਦਾ ਜਲ ਪੀ ਕੇ ਨਿਹਾਲ ਹੋ ਜਾਂਦੀਆਂ ਹਨ। ਸੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਹੀ ਸਾਈਡ 'ਤੇ ਲੰਗਰ ਹਾਲ ਵੀ ਹੈਗਾ ਆ। ਲੰਗਰ ਹਾਲ ਬਹੁਤ ਹੀ ਵਿਸ਼ਾਲ ਹੈਗਾ ਆ। ਔਰ ਦੋਸਤੋ ਆਪਾਂ ਲੰਗਰ ਹਾਲ ਦੀ ਤਰਫ ਜਾ ਰਹੇ ਹਾਂ। ਜੈ ਬਾਬਾ। ਲੰਗਰ ਹਾਲ ਵਿੱਚ ਹੀ ਬਾਬਾ ਸ਼੍ਰੀ ਚੰਦ ਜੀ ਦੇ ਇਤਿਹਾਸ ਨਾਲ ਜੁੜੀਆਂ ਤਸਵੀਰਾਂ ਵੀ ਵੇਖਣ ਨੂੰ ਮਿਲਦੀਆਂ ਹਨ। ਬਾਬਾ ਸ਼੍ਰੀ ਚੰਦ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਦੇ ਘਰ ਮਾਤਾ ਸੁਲੱਖਣੀ ਦੇਵੀ ਜੀ ਦੀ ਕੁੱਖੋਂ ਸੰਮਵਤ 1551 ਭਾਦਰੋ ਮਹੀਨੇ ਚਾਨਣੇ ਪੱਖ ਦੀ ਨੌਵੀਂ ਵਾਲੇ ਦਿਨ ਹੋਇਆ ਸੀ। ਬਾਬਾ ਸ਼੍ਰੀ ਚੰਦ ਜੀ ਉਦਾਸੀਨ ਸੰਪਰਦਾਇ ਨਾਲ ਜੁੜੇ ਹੋਏ ਸਨ।
ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਅੱਜ ਬਾਬਾ ਜੀ ਦਾ ਜਨਮ ਦਿਵਸ ਹੈਗਾ ਆ, ਤੁਹਾਨੂੰ ਬਹੁਤ ਬਹੁਤ ਵਧਾਈ ਹੋਏ ਜੀ ਸਾਰਿਆਂ ਨੂੰ। ਆਪਾਂ ਵੀਰ ਜੀ ਅੰਮ੍ਰਿਤਸਰ ਤੋਂ ਲੋਕਲ ਹੈਗੇ ਹਾਂ, ਬਾਕੀ ਆਪਣਾ ਯੂਟਿਊਬ 'ਤੇ ਚੈਨਲ ਹੈਗਾ ਅਭਿਨਵ ਛਿੱਬਾ ਵਲੌਗਸ, ਛਿੱਬਾ ਵਲੌਗਸ CHIBBA, ਛਿੱਬਾ ਅਭਿਨਵ ਛਿੱਬਾ ਵਲੌਗਸ 'ਤੇ ਵੀਡੀਓ ਤੁਸੀਂ ਵੇਖਣਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਕਾਫੀ ਠੰਡੀ ਹਵਾ ਚੱਲ ਰਹੀ ਹੈ, ਬਾਹਰ ਮੇਲਾ ਲੱਗਾ ਹੋਇਆ ਬਾਬਾ ਜੀ ਦਾ, ਵੀ ਤੁਹਾਨੂੰ ਵਿਖਾ ਦਿੰਦੇ ਹਾਂ, ਅਤੇ ਬਾਅਦ 'ਚੋਂ ਫਿਰ ਬਸ ਜਾਣ ਦੀਆਂ ਤਿਆਰੀਆਂ ਹੈਗੀਆਂ ਨੇ। ਅਤੇ ਹੋਪ ਕਰਦਾ ਤੁਹਾਨੂੰ ਵੀਡੀਓ ਅੱਛੀ ਲੱਗ ਰਹੀ ਹੋਵੇਗੀ। ਸੋ ਦੋਸਤੋ, ਇਹ ਸ਼੍ਰੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਰਿਹਾ, ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਟਾਹਲੀ ਸਾਹਿਬ, ਮਜੀਠਾ ਰੋਡ, ਵੇਰਕਾ ਬਾਈਪਾਸ, ਅੰਮ੍ਰਿਤਸਰ। ਸੋ ਇਹਦਾ ਤੁਸੀਂ ਸਕਰੀਨਸ਼ੋਟ ਵੀ ਲੈ ਸਕਦੇ ਹੋ, ਅਤੇ ਜੇਕਰ ਤੁਸੀਂ ਮੰਦਰ ਦਾ ਇਤਿਹਾਸ ਜਾਣਨਾ ਚਾਹੁੰਦੇ ਹੋ ਤਾਂ ਸਕਰੀਨਸ਼ੋਟ ਲੈ ਕੇ ਆਰਾਮ ਨਾਲ ਤੁਸੀਂ ਇਹਨੂੰ ਪੜ੍ਹ ਵੀ ਸਕਦੇ ਹੋ। ਸੋ ਇਹ ਮੰਦਰ ਦਾ ਇਤਿਹਾਸ ਹੈ, ਅਤੇ ਆ ਜਾਓ ਹੁਣ ਆਪਾਂ ਤੁਹਾਨੂੰ ਬਾਹਰ ਵਿਖਾ ਦਿੰਦੇ ਹਾਂ, ਸਮਾਨ ਵਗੈਰਾ ਲੱਗਾ ਹੋਇਆ ਮੇਲੇ ਦਾ। ਇੱਕ ਬੜੀ ਵੱਖਰੀ ਜਿਹੀ ਚੀਜ਼ ਲੱਗੀ ਆ, ਤੁਸੀਂ ਵੀ ਸੁਣੋ। ਹੋਰ ਬਾਈ ਬਾਈ ਸਾਹਿਬ, ਕਿਆ ਹਾਲ ਚਾਲ ਆਪਕਾ? ਬੜੀਆ ਸਭ? ਚਲੋ ਬੜੀਆ ਜੀ, ਆਪਕੀ ਚੀਜ਼ ਬਹੁਤ ਬੜੀਆ ਲੱਗੀ ਹਮੇ। ਕਿਆ ਬਾਤ ਹੈ, ਕਿਆ ਬਾਤ ਹੈ, ਮੇਲੋ ਕੇ ਲੀਏ। ਤੋ ਬਾਈ ਸਾਹਿਬ ਸੇ ਅਭੀ ਬਾਤ ਵੀ ਹੋ ਰਹੀ ਥੀ, ਤੋ ਵੋ ਮੇਲੇ ਵਗੈਰਾ ਲਗਾਤੇ ਹੈ ਕਾਫੀ, ਤੋ ਕਾਫੀ ਭਰੀ ਥੀ ਕਿ ਕੁਛ ਮੇਲੇ ਮੇ ਅਲਗ ਸੁਣਨੇ ਮੇ ਆਇਆ। ਹਾਂ, ਬਹੁਤ ਅੱਛਾ ਹੈ, ਲੋਕੋ ਕੋ ਪਸੰਦ ਆਏ ਚੀਜ਼। ਅੰਮ੍ਰਿਤਸਰ ਵਗੈਰਾ ਔਰ ਜਗ੍ਹਾ ਮੇਲੇ ਲਗਾਤੇ ਹੈ, ਰੋਜ਼ ਮੇਲੇ ਲਗਾਤੇ ਹੈ। ਠੀਕ ਹੈ ਜੀ, ਠੀਕ ਹੈ, ਚਲੋ ਆਪਕੋ ਕਭੀ ਮਿਲੇ ਬਾਈ ਸਾਹਿਬ ਤੋ ਕਮੈਂਟ ਮੇ ਜ਼ਰੂਰ ਬਤਾਏ। ਬਹੁਤ ਬੜੀਆ ਲਗਾ ਆਪਸੇ ਮਿਲ ਕੇ, ਧੰਨਵਾਦ ਬਾਈ ਸਾਹਿਬ। ਓਕੇ, ਹੋਪ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ, ਅਤੇ ਇੱਕ ਦੁਆ ਵੀ ਹੈ ਬਾਬਾ ਜੀ ਨੂੰ ਕਿ ਬਾਬਾ ਜੀ ਸਾਰਿਆਂ 'ਤੇ ਆਪਣਾ ਆਸ਼ੀਰਵਾਦ ਬਣਾਈ ਰੱਖਣ। ਇਹੀ ਸੀ ਅੱਜ ਦਾ ਇੱਕ ਵਲੋਗ, ਬਾਬਾ ਜੀ ਦਾ ਅੱਜ ਜਨਮ ਦਿਵਸ ਸੀ 528 ਦਾ। ਸੋ ਹੋਪ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ, ਅਤੇ ਅੱਗੇ ਫਿਰ ਮਿਲਾਂਗੇ ਇਹੋ ਜਿਹੀ ਇੱਕ ਵੀਡੀਓ ਵਿੱਚ। ਆਹੋ, ਥੈਂਕ ਯੂ ਜੀ।